ਰੈਲੀਆਂ ਦੇ ਲਈ ਯੂਥ ਦੇ ਮੋਟਰਬਾਈਕ ਚਾਹੀਦੇ ਆ, ਨਾਰਿਆਂ ਦੇ ਲਈ ਯੂਥ ਦੇ ਗਲੇ ਚਾਹੀਦੇ ਆ, ਪਰ ਜਦ ਆਈਡੀਆਜ਼ ਦੀ ਗੱਲ ਹੈ ਤਾਂ ਉੱਥੇ ਗੱਲ ਆਉਂਦੀ ਹੈ ਜੀ ਯੂਥ ਨੂੰ ਹਲੇ ਸਿੱਖਣ ਦੀ ਉਮਰ ਹੈ। ਅਤੇ ਕਾਲਜਾਂ ਦੇ ਵਿੱਚ ਹਜ਼ਾਰਾਂ 'ਚ ਸੀਟਾਂ ਅਤੇ ਉਹ ਵੀ ਸਾਰੀਆਂ ਖਾਲੀ ਪਈਆਂ, ਅਤੇ ਉਹ ਲੱਖਾਂ ਬੱਚਾ ਕਿੱਥੇ ਜਾ ਰਿਹਾ? ਜਾਂ ਉਹ ਪੜ੍ਹਾਈ ਛੱਡ ਰਿਹਾ, ਜਾਂ ਉਹ ਨਸ਼ਿਆਂ 'ਚ, ਜਾਂ ਉਹ ਕੈਨੇਡਾ ਜਾ ਰਿਹਾ। ਲੁਧਿਆਣਾ ਵਾਲੇ ਮੁੰਡੇ ਕੁੜੀਆਂ ਹੁਣ ਨੌਜਵਾਨ ਪੰਜਾਬੀ ਬੋਲਣੀ ਕਿਉਂ ਛੱਡ ਗਏ? ਸਰ ਪੰਜਾਬੀ ਹਿੰਦੀ 'ਚ ਗੱਲ ਕਰ ਛੱਡੀ, ਪਰ ਐਸਾ ਹੈ ਕਿ ਸਭ ਹਿੰਦੀ ਮੇਂ ਬਾਤ ਕਰਤੇ ਤੋ ਹਮ ਵੀ ਹਿੰਦੀ ਮੇਂ। ਮੈਂ ਪੁੱਛ ਰਿਹਾ ਕਿਉਂ ਕਰਦੇ ਹੈ? ਬਹੁਤ ਸੋਹਣਾ ਹੈ ਪੰਜਾਬ ਅਤੇ ਬਹੁਤ ਵਧੀਆ, ਇੱਥੇ ਇੱਥੇ ਸਭ ਕੁਝ ਕਰ ਸਕਦੇ ਹਾਂ, ਸਿਰਫ ਲੋੜ ਇੱਕੋ ਚੀਜ਼ ਦੀ ਹੈ, ਆਪਣੇ ਆਪ ਨੂੰ ਪਛਾਣਨ ਦੀ। ਜਿੱਦਾਂ ਦੇਖਿਆ ਜਾਂਦਾ ਕਿ ਪੰਜਾਬ 'ਚ ਅੱਜ ਕੱਲ੍ਹ ਕੁਛ ਨਹੀਂ ਰਹਿ ਰਿਹਾ, ਸਗੋਂ ਇਹ ਚੀਜ਼ ਅੱਜ ਜਿੰਨੇ ਸਾਡੇ ਨਾਲ ਯੰਗਸਟਰਸ ਜੁੜੇ ਨੇ ਇਹ ਦੱਸ ਰਿਹਾ ਆ ਕਿ ਪੰਜਾਬ ਸਿਰਫ ਨਸ਼ਿਆਂ 'ਚ ਨਹੀਂ ਰੁਲ ਰਿਹਾ, ਪੰਜਾਬ ਅੱਗੇ ਵੱਧ ਰਿਹਾ। ਜੀ ਮੈਂ ਬੈਠਾ ਸੀਗਾ ਕਿਸੇ ਸਿੰਘ ਸਾਹਿਬ ਦੇ ਨਾਲ ਅਤੇ ਉਹਨਾਂ ਨੂੰ ਮੈਂ ਕਿਹਾ ਜੀ ਸਮੱਸਿਆ ਬੜੀ ਵੱਡੀ ਹੈ ਪੰਜਾਬ ਦੀ, ਅਤੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਫਿਰ ਮੇਰਾ ਗੁਰੂ ਕਿਹੜਾ ਛੋਟਾ? ਅਤੇ ਗੁਰੂ ਤਾਂ ਸਭ ਤੋਂ ਵੱਡਾ, ਅਤੇ ਜੇ ਸਮੱਸਿਆ ਵੱਡੀ ਹੈ ਤਾਂ ਗੁਰੂ ਸਾਹਮਣੇ ਕੀ ਹੈ? ਨਸ਼ਿਆਂ 'ਚ ਗੁਲਤਾਨ ਪੰਜਾਬ ਦੀ ਜਵਾਨੀ ਹੈ, ਪੰਜਾਬ ਦੇ ਸਿਆਸੀ ਹਾਲਾਤ ਬਹੁਤੇ ਚੰਗੇ ਨਹੀਂ, ਮੁਲਕ ਦੇ ਸਿਆਸੀ ਹਾਲਾਤ ਬਹੁਤੇ ਚੰਗੇ ਨਹੀਂ, ਧਰਮ ਦੇ ਨਾਂ 'ਤੇ ਪੋਲਰਾਈਜੇਸ਼ਨ ਮੁਲਕ ਦੇ ਵਿੱਚ ਹੈ, ਜ਼ਾਤ ਪਾਤ ਦੀ ਵੀ ਅੱਜ ਚਰਮ ਸੀਮਾ 'ਤੇ ਗੱਲ ਹੁੰਦੀ ਹੈ, ਫਿਰ ਬਦਲਾਅ ਕਿਵੇਂ ਆਊਗਾ? ਗੱਲ ਬਦਲਾਅ ਦੀ ਹੈ, ਅਕਸਰ ਗੱਲ ਹੁੰਦੀ ਆਈ ਹੈ। ਇੱਕ ਬਹੁਤ ਵੱਡਾ ਕਥਨ ਇਹ ਵੀ ਹੈ ਕਿ ਜੇ ਬਦਲਾਅ ਲਿਆਉਣਾ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਖੁਦ ਤੋਂ ਕਰੋ, ਸਾਡੇ ਘਰ ਤੋਂ ਸ਼ੁਰੂਆਤ ਕਰਨੀ ਪਊਗੀ। ਐਸੇ ਬਦਲਾਅ ਦੀ ਗੱਲ ਕਰਦੇ ਆ ਕੁਝ ਪੰਜਾਬ ਦੇ ਨੌਜਵਾਨ ਨੇ, ਚੜ੍ਹਦੀ ਉਮਰ ਹੈ ਅਜੇ, ਜੋਬਨ ਰੁੱਤ ਹੈ, ਔਰ ਗੱਲ ਬਦਲਾਅ ਦੀ ਕਰ ਰਹੇ ਨੇ। ਜਿੱਥੇ ਇਸ ਵੇਲੇ ਪੰਜਾਬੀ ਨੌਜਵਾਨ ਬਾਹਰ ਜਾਣ ਦਾ ਸੋਚ ਰਹੇ ਹੈ, ਜਿੱਥੇ ਪੰਜਾਬ ਦੇ ਨੌਜਵਾਨ ਚਿੱਟੇ 'ਚ ਗੁਲਤਾਨ ਨੇ, ਉੱਥੇ ਕੁਝ ਕੁ ਨੌਜਵਾਨ ਇਕੱਠੇ ਹੋਏ ਨੇ। ਗੌਰਵਦੀਪ ਸਿੰਘ ਉਹਨਾਂ ਦੇ ਵਿੱਚੋਂ ਇੱਕ ਹੈ ਜੋ ਆਪਣੀ ਟੀਮ ਦੇ ਨਾਲ ਬਦਲਾਅ ਦੀ ਗੱਲ ਕਰਦੇ ਆ। ਗੌਰਵ, ਇਹ ਬਦਲਾਅ ਕਿਵੇਂ ਆਊਗਾ? ਸੋ ਸਰ, ਔਰਗਨਾਈਜੇਸ਼ਨ ਅੱਜ ਤੋਂ 4 ਸਾਲ ਪਹਿਲਾਂ ਸ਼ੁਰੂ ਕੀਤੀ ਸੀ, ਜਿਹਦਾ ਨਾਮ ਹੀ ਇਹੀ ਹੈ, ਇਨੀਸ਼ੀਏਟਰਸ ਆਫ ਚੇਂਜ। ਮੈਂ 10-15 ਸਾਲ ਤੋਂ, ਮੇਰੀ 23 ਸਾਲ ਉਮਰ ਹੈ, ਅਤੇ 8-9 ਸਾਲ ਦੀ ਉਮਰ ਤੋਂ ਘਰਦਿਆਂ ਨੇ ਪੇੜ ਲਾਉਣ, ਪੌਦੇ ਲਾਉਣ ਲਈ ਭੇਜਣਾ ਸ਼ੁਰੂ ਕੀਤਾ। ਤਾਂ ਇੱਕ ਚੀਜ਼ ਜਿਹੜੀ ਮੈਂ ਰਿਅਲਾਈਜ਼ ਕਰਦਾ ਉਹ ਹੈਗੀ ਹੈ ਕਿ ਯੂਥ ਨੂੰ ਨਾ ਬਾਰ ਬਾਰ ਕਿਹਾ ਜਾਂਦਾ ਯੂਥ ਕਿਸੇ ਕੰਮ ਦਾ ਨਹੀਂ, ਯੂਥ ਕਿਸੇ ਕੰਮ ਦਾ ਨਹੀਂ, ਪਰ ਮੈਂ ਜੋ ਰਿਅਲਾਈਜ਼ ਕੀਤਾ ਕਿ ਯੂਥ ਦੇ ਕਦਮ ਅਤੇ ਆਵਾਜ਼ ਸਾਰੇ ਚਲਾਉਣਾ ਚਾਹੁੰਦੇ ਆ, ਪਰ ਯੂਥ ਦਾ ਦਿਮਾਗ ਜਿਹੜਾ, ਜਦ ਯੂਥ ਆਈਡੀਆਜ਼ ਲੈ ਕੇ ਆਉਂਦਾ, ਜਦ ਯੂਥ ਲੌਜਿਕ ਲੈ ਕੇ ਆਉਂਦਾ, ਤਾਂ ਸਾਰੇ ਕਹਿੰਦੇ ਆ ਬੇਟੇ ਹਲੇ ਤੁਹਾਡੀ ਸੁਣਨ ਦੀ ਉਮਰ ਹੈ, ਹਲੇ ਤੁਹਾਡੀ ਸਿੱਖਣ ਦੀ ਉਮਰ ਹੈ। ਅਤੇ ਉਸ ਚੀਜ਼ ਨੇ ਨਾ ਮੈਨੂੰ ਬਹੁਤ ਸਾਲ ਲਗਾਤਾਰ ਤੰਗ ਕੀਤਾ ਕਿ ਰੈਲੀਆਂ ਦੇ ਲਈ ਯੂਥ ਦੇ ਮੋਟਰਬਾਈਕ ਚਾਹੀਦੇ ਆ, ਨਾਰਿਆਂ ਦੇ ਲਈ ਯੂਥ ਦੇ ਗਲੇ ਚਾਹੀਦੇ ਆ, ਪਰ ਜਦ ਆਈਡੀਆਜ਼ ਦੀ ਗੱਲ ਹੈ ਤਾਂ ਉੱਥੇ ਗੱਲ ਆਉਂਦੀ ਹੈ ਜੀ ਯੂਥ ਨੂੰ ਹਲੇ ਸਿੱਖਣ ਦੀ ਉਮਰ ਹੈ, ਹਲੇ ਤਾਂ ਤੁਸੀਂ ਬੈਠੋ, ਗਰੂਮ ਕਰੋ। ਸੋ ਉਸ ਚੀਜ਼ ਤੋਂ ਤੰਗ ਹੋ ਕੇ ਨਾ ਇੱਕ ਔਰਗਨਾਈਜੇਸ਼ਨ ਕ੍ਰੀਏਟ ਕੀਤੀ ਸੀ ਕਿ ਯੂਥ ਆਪਣਾ ਦਿਮਾਗ ਚਲਾਏ, ਲੌਜੀਕਲ ਆਈਡੀਆਜ਼ ਲੈ ਕੇ ਆਏ, ਅਤੇ ਪੰਜਾਬ ਦੇ ਲਈ ਕੀ ਹੋਣਾ ਚਾਹੀਦਾ ਅਤੇ ਉਹਨਾਂ ਦੀ ਜ਼ਿੰਦਗੀ ਦੇ ਲਈ ਕੀ ਹੋਣਾ ਚਾਹੀਦਾ ਉਹ ਯੂਥ ਆਪ ਡਿਸਾਈਡ ਕਰੇ। ਸੋ ਉਹਦੇ ਲਈ ਜਿਹੜਾ ਕੰਮ ਕਰਦੇ ਆ ਰਹੇ ਹਾਂ 4 ਸਾਲ ਤੋਂ ਇਹੀ ਹੈ ਕਿ 4 ਬੱਚਿਆਂ ਨਾਲ ਟੀਮ ਸ਼ੁਰੂ ਕੀਤੀ, ਅੱਜ 2000 ਯੰਗਸਟਰ ਜਿਹੜੇ ਆ ਆਲ ਓਵਰ ਨੌਰਥ ਇੰਡੀਆ ਦੇ ਵਿੱਚ ਔਰਗਨਾਈਜੇਸ਼ਨ ਦਾ ਪਾਰਟ। ਪੰਜਾਬ ਤੋਂ ਕਿੰਨੇ ਕੁ ਲੋਕ ਜੁੜੇ ਆ? ਪੰਜਾਬ ਤੋਂ ਹੁਣ ਤੱਕ ਜਿਹੜੇ ਐਕਟਿਵ ਪਾਰਟ ਰਹਿ ਚੁੱਕੇ ਆ, 1000 ਤੋਂ 1500 ਬੱਚੇ ਐਕਟਿਵ ਪਾਰਟ ਰਹਿ ਚੁੱਕੇ ਆ, ਅਤੇ ਉੱਦਾਂ ਵੱਖੋ ਵੱਖਰੇ ਕੈਂਪੇਨ, ਕਿਉਂਕਿ ਵੋਟਰ ਜਾਗਰੂਕਤਾ ਇੱਕ ਬਹੁਤ ਵੱਡਾ ਅਸੀਂ ਕੰਮ ਕਰਦੇ ਹਾਂ ਕਿ ਯੂਥ ਜਿਹੜਾ ਉਹ ਪੋਲੀਟਿਕਸ ਦਾ ਪਹਿਲਾ ਕਦਮ ਹੈ ਰਾਜਨੀਤੀ ਨੂੰ ਸਮਝਣ ਦਾ, ਵੋਟ ਪਾਉਣਾ, ਅਤੇ ਯੂਥ ਸਮਾਰਟ ਵੋਟਿੰਗ ਕਰੇ ਉਹਦੇ ਲਈ ਜਿਹੜਾ ਪਹਿਲਾ ਕੰਮ ਅਸੀਂ ਕਰਦੇ ਰਹੇ ਹਾਂ ਪਿਛਲੇ 3 ਸਾਲ ਤੋਂ, ਉਹਦੇ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ 35-40 ਹਜ਼ਾਰ ਯੰਗਸਟਰ ਨਾਲ ਅਸੀਂ ਮਿਲ ਕੇ ਇਨਵੋਲਵ ਕਰ ਚੁੱਕੇ ਹਾਂ। ਜਿਹੜੇ ਤੁਹਾਡੇ ਨਾਲ ਜੁੜੇ ਹੈ, ਜਿਹੜੇ ਪੰਜਾਬ ਦੀ ਗੱਲ ਕਰ ਰਿਹਾ ਮੈਂ, ਪਿੰਡਾਂ ਵਾਲੇ ਜ਼ਿਆਦਾ ਹੈ ਜਾਂ ਸ਼ਹਿਰਾਂ ਵਾਲੇ ਜ਼ਿਆਦਾ ਨੇ? ਅਨਡਾਊਟਡਲੀ ਸਰ, ਹਾਲੇ ਤੱਕ ਸ਼ਹਿਰਾਂ ਵਾਲੇ ਜ਼ਿਆਦਾ, ਉਹਦਾ ਰੀਜ਼ਨ ਇਹ ਹੁੰਦਾ ਕਿ ਜਿੱਥੇ ਤੇ ਤੁਸੀਂ ਜੰਮਪਲ ਹੁੰਦੇ ਹੋ ਤੁਹਾਡਾ ਆਲਾ ਦੁਆਲਾ ਉੱਦਾਂ ਦਾ ਪਹਿਲਾਂ ਬਣਦਾ, ਤਾਂ ਪਹਿਲੇ 3 ਸਾਲ ਤਾਂ ਸਿਰਫ ਅਤੇ ਸਿਰਫ ਅਰਬਨ ਹੀ ਸੀਗੇ। ਸੋ ਇਸ ਸਾਲ ਜਦ 2019 ਦੇ ਇਲੈਕਸ਼ਨ ਆਏ ਤਾਂ ਅਸੀਂ ਡਿਸਾਈਡ ਕੀਤਾ ਕਿ ਅਸੀਂ ਹੁਣ ਅਰਬਨ ਕੰਮ ਨਹੀਂ ਕਰਨਾ, ਅਸੀਂ ਪਿੰਡਾਂ 'ਚ ਜਾਵਾਂਗੇ।
ਸੋ ਮਾਨਸਾ ਦੇ ਅਸੀਂ 17-18 ਪਿੰਡਾਂ ਨੂੰ ਕਵਰ ਕੀਤਾ, ਸੰਗਰੂਰ ਦੇ 10 ਪਿੰਡਾਂ ਨੂੰ ਕਵਰ ਕੀਤਾ, ਇਸ ਤੋਂ ਇਲਾਵਾ ਗੁਰਦਾਸਪੁਰ ਦੇ ਪਿੰਡਾਂ ਨੂੰ ਕਵਰ ਕੀਤਾ। ਉੱਥੇ ਦੇ ਡਿਪਟੀ ਕਮਿਸ਼ਨਰ ਨੇ ਸਾਡਾ ਬਹੁਤ ਸਾਥ ਦਿੱਤਾ, ਸਾਰਿਆਂ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਸਾਥ ਦਿੱਤਾ। ਲੁਧਿਆਣਾ ਦੇ ਅਸੀਂ ਹੁਣ ਤੱਕ 30-40 ਪਿੰਡਾਂ 'ਚ ਗਏ, ਪਰ ਉੱਥੇ ਪ੍ਰੋਬਲਮ ਇਹੀ ਹੈ, ਨੌਜਵਾਨ ਹੈ ਨਹੀਂ ਪਿੰਡਾਂ ਦੀ ਸਭ ਤੋਂ ਵੱਡੀ। ਨੌਜਵਾਨ ਗਿਆ ਕਿੱਥੇ? ਸਾਰਿਆਂ ਨੂੰ ਪਤਾ ਜੀ ਕੈਨੇਡਾ ਚੱਲਿਆ, ਅਤੇ ਜੋ ਮਤਲਬ ਸਕੂਲਾਂ ਦੇ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਬੱਚਾ ਪਾਸ ਆਊਟ ਹੁੰਦਾ, ਅਤੇ ਕਾਲਜਾਂ ਦੇ ਵਿੱਚ ਹਜ਼ਾਰਾਂ 'ਚ ਸੀਟਾਂ, ਅਤੇ ਉਹ ਵੀ ਸਾਰੀਆਂ ਖਾਲੀ ਪਈਆਂ, ਅਤੇ ਉਹ ਲੱਖਾਂ ਬੱਚਾ ਕਿੱਥੇ ਜਾ ਰਿਹਾ? ਜਾਂ ਉਹ ਪੜ੍ਹਾਈ ਛੱਡ ਰਿਹਾ, ਜਾਂ ਉਹ ਨਸ਼ਿਆਂ 'ਚ, ਜਾਂ ਉਹ ਕੈਨੇਡਾ ਜਾ ਰਿਹਾ। ਅਤੇ ਉਹ ਇੱਕ ਹੋੜ ਬਣਾਤੀ ਹੋਈ ਹੈ ਕਿ ਬਾਹਰ ਜਾਓ, ਇੱਥੇ ਕੁਛ ਰੱਖਿਆ ਨਹੀਂ। ਪਰ ਮੈਨੂੰ ਜੋ ਲੱਗਦਾ, ਜੋ ਮੇਰੀ ਟੀਮ ਦੇ ਨਾਲ ਮੈਂ ਵਿਜੁਅਲਾਈਜ਼ ਕੀਤਾ ਕਿ ਬਹੁਤ ਸੋਹਣਾ ਹੈ ਪੰਜਾਬ, ਅਤੇ ਬਹੁਤ ਵਧੀਆ ਇੱਥੇ, ਇੱਥੇ ਸਭ ਕੁਝ ਕਰ ਸਕਦੇ ਹਾਂ, ਸਿਰਫ਼ ਲੋੜ ਇੱਕੋ ਚੀਜ਼ ਦੀ ਹੈ, ਆਪਣੇ ਆਪ ਨੂੰ ਪਛਾਣਨ ਦੀ। ਗੁਰੂ ਨਾਨਕ ਸਾਹਿਬ ਨੂੰ ਅਸੀਂ ਯਾਦ ਕਰ ਰਹੇ ਹਾਂ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜੇ ਯੂਥ ਆਪਣਾ ਵਿਜ਼ਨ ਕਲੀਅਰ ਕਰ ਲਏ, ਸਭ ਕੁਝ ਕ੍ਰੀਏਟ ਹੋ ਜਾਏਗਾ। ਤੁਹਾਡਾ ਕੀ ਨਾਮ ਹੈ ਜੀ? ਸਰ ਮੇਰਾ ਨਾਮ ਸਮਰਿੱਧੀ ਸ਼ਰਮਾ ਹੈ, ਮੈਂ ਇਸ ਔਰਗਨਾਈਜੇਸ਼ਨ ਕੇ ਸਾਥ 3 ਸਾਲ ਸੇ ਜੁੜੀ ਹੋਈ ਹਾਂ। ਤੁਸੀਂ? ਮੈਂ ਲੁਧਿਆਣਾ ਸੇ ਹੂੰ ਸਰ, ਔਰ ਅਭੀ ਮੈਂ 12th ਪਾਸ ਹੂੰ, ਤੋ ਮੇਰਾ ਇਹ 3rd ਈਅਰ ਹੈ ਇਸ ਔਰਗਨਾਈਜੇਸ਼ਨ। ਮੈਨੂੰ ਇਹ ਦੱਸੋ, ਲੁਧਿਆਣਾ ਵਾਲੇ ਮੁੰਡੇ ਕੁੜੀਆਂ ਹੁਣ ਨੌਜਵਾਨ ਪੰਜਾਬੀ ਬੋਲਣੀ ਕਿਉਂ ਛੱਡ ਗਏ? ਸਰ ਪੰਜਾਬੀ ਹਿੰਦੀ 'ਚ ਗੱਲ ਕਰ ਛੱਡੀ, ਪਰ ਐਸਾ ਹੈ ਕਿ ਸਭ ਹਿੰਦੀ ਮੈਂ ਬਾਤ ਕਰਤੇ ਤੋ ਹਮ ਵੀ ਹਿੰਦੀ ਮੈਂ। ਮੈਂ ਪੁੱਛ ਰਿਹਾ ਕਿਉਂ ਕਰਦੇ ਹੈ? ਉਹਦਾ ਰੀਜ਼ਨ ਮੈਨੂੰ ਐਂ ਲੱਗਦਾ ਕਿ ਘਰਦਿਆਂ ਦਾ ਇੱਕ ਰੋਲ ਜਿਹੜਾ ਇਹਦੇ ਵਿੱਚ, ਸਕੂਲਾਂ ਦੇ ਅਤੇ ਘਰਦਿਆਂ ਦਾ, ਸਕੂਲਾਂ ਦੇ ਵਿੱਚ ਕਰਤਾ ਜੀ ਪੰਜਾਬੀ ਬੋਲਣੀ ਹੀ ਨਹੀਂ ਫਾਈਨ। ਜਵਾਬ ਇਹਨਾਂ ਤੋਂ ਹੀ ਲੈਣਾ, ਤੁਹਾਡੇ ਤੋਂ ਨਹੀਂ ਲੈਣਾ। ਠੀਕ ਹੈ ਸਰ, ਬਤਾਓ ਕੀ ਪੁੱਛਣਾ ਚਾਹਤੇ ਹੋ? ਪੰਜਾਬੀ ਕਿਉਂ ਛੱਡ ਗਏ ਆਪ? ਸਰ ਪੰਜਾਬੀ ਛੱਡੀ ਨਹੀਂ ਹੈ, ਮੈਂ ਹੁਣ ਵੀ ਬੋਲ ਰਹੀ ਹਾਂ। ਤੁਸੀਂ ਪਰ ਜਵਾਬ ਹਿੰਦੀ 'ਚ ਸ਼ੁਰੂ ਕੀਤਾ ਸੀ। ਹਾਂਜੀ, ਕਿਉਂਕਿ ਬਹੁਤ ਸੋਹਣੀ ਭਾਸ਼ਾ, ਸਾਡੀ ਮਾਸੀ ਹੈ, ਮੈਂ ਕਹਿੰਦਾ ਹੁੰਦਾ ਪੰਜਾਬੀ ਮਾਂ ਹੈ, ਹਿੰਦੀ ਮਾਸੀ ਹੈ, ਹੈ ਨਾ। ਹਿੰਦੀ ਬਹੁਤ ਸੋਹਣੀ ਹੈ, ਮੈਨੂੰ ਹਿੰਦੀ ਨਾਲ ਕੋਈ ਵਿਰੋਧ ਨਹੀਂ ਹੈ, ਪਰ ਅਸੀਂ ਪੰਜਾਬੀ ਬੋਲਣੀ ਛੱਡਦੇ ਜਾ ਰਹੇ ਹਾਂ, ਜਿਵੇਂ ਤੁਸੀਂ ਸ਼ੁਰੂਆਤ ਕੀਤੀ ਸੀ। ਚਲੋ, ਜੋ ਚਰਚਾ ਕਰ ਰਹੇ ਹਾਂ, ਬਾਹਰ ਕਿਉਂ ਜਾ ਰਹੇ ਹਾਂ, ਤੁਸੀਂ ਕਿਉਂ ਨਹੀਂ ਸੋਚਿਆ ਕਿ ਬਾਹਰ ਜਾਇਆ ਜਾਵੇ, ਪਲੱਸ ਟੂ ਤੋਂ ਬਾਅਦ ਕੈਨੇਡਾ ਪਹੁੰਚਿਆ ਜਾਵੇ, ਉੱਥੇ ਜਾ ਕੇ ਸੈਟਲ ਹੋਈਏ? ਸਰ ਅਭੀ ਮੇਰਾ 12th ਗ੍ਰੇਡ ਪਾਸ ਆਊਟ ਹੂੰ ਮੈਂ, ਤੋ ਮੇਰਾ ਵੀ ਪਲਾਨ ਥਾ ਕੈਨੇਡਾ ਜਾਣੇ ਕਾ, ਪਰ ਉਸਕੇ ਬਾਅਦ ਭਈਆ ਸੇ ਮੈਨੇ ਇਤਨੀ ਕਾਉਂਸਲਿੰਗਸ ਲੀ ਕਿ ਮੁਝੇ ਸਮਝ ਆਇਆ ਕਿ ਜੋ ਬਾਹਰ ਜਾ ਕੇ ਹਮ ਲੋਕ ਕਰ ਸਕਤੇ ਹੈ ਉਹ ਯਹਾਂ ਪੇ ਵੀ ਕਰ ਸਕਤੇ ਹੈ, ਜਿਨ੍ਹਾਂ ਨੂੰ ਆਪਣਾ ਕਰੀਅਰ ਬਣਾਉਣਾ ਹੈ ਉਹ ਯਹਾਂ ਪੇ ਵੀ ਬਣ ਸਕਦਾ ਪੰਜਾਬੀ 'ਚ, ਤੋ ਜਿਨ੍ਹਾਂ ਨੇ ਆਪਣਾ ਕਰੀਅਰ ਬਣਾਉਣਾ ਉਹ ਇੱਥੇ ਵੀ ਬਣ ਸਕਦਾ, ਤਾਂ ਪੰਜਾਬ 'ਚ ਹੀ ਰਹੋ ਅਤੇ ਪੰਜਾਬ 'ਚ ਹੀ ਆਪਣਾ ਸਭ ਕੁਝ ਬਣਾਓ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਭਾਵਿਕਾ ਸ਼ਰਮਾ ਹੈ। ਤੁਸੀਂ ਕਿੱਥੋਂ ਦੇ? ਲੁਧਿਆਣੇ ਦੇ ਹੀ ਹੋ? ਮੈਂ ਲੁਧਿਆਣਾ ਦੀ ਹਾਂ। ਭਾਵਿਕਾ, ਤੁਸੀਂ ਕੀ ਕਰਨਾ ਹੈ ਅੱਗੋਂ ਲਾਈਫ ਦੇ ਵਿੱਚ, ਕੀ ਸੋਚਿਆ ਔਰ ਇਹਨਾਂ ਨਾਲ ਕਿਉਂ ਜੁੜੇ ਹੋ? ਕਿਉਂਕਿ ਮੇਰੇ ਕੋ ਇੱਕ ਲੀਡਰ ਬਣਨਾ ਹੈ, ਔਰ ਮਤਲਬ ਜੋ ਲੀਡਰਸ਼ਿਪ ਹੈ ਉਹ ਭਈਆ ਸੇ ਹੀ ਮੇਰੇ ਕੋ ਮਿਲੇਗੀ। ਔਰ ਸਿਆਸਤ 'ਚ ਜਾਣਾ? ਸਿਆਸਤ 'ਚ ਨਹੀਂ ਜਾਣਾ, ਬਟ ਮੇਰੇ ਕੋ ਮਤਲਬ ਲੀਡਰ ਬਣਨਾ ਹੈ, ਬਹੁਤ ਅੱਛੇ ਮਤਲਬ ਕੁਆਲਿਟੀਜ਼ ਲੈਣੀ ਹੈ। ਸਿਆਸਤ 'ਚ ਕਿਉਂ ਨਹੀਂ ਜਾਣ ਦਾ ਸੋਚਦਾ? ਨੌਜਵਾਨ ਇਹ ਬੜੀ ਗੌਰਵ ਅੱਜ ਕੱਲ੍ਹ ਚਰਚਾ ਹੈ ਕਿ ਸਿਆਸਤ ਤੋਂ ਅਸੀਂ ਬਹੁਤ ਦੂਰ ਹੋਣ ਲੱਗੇ ਹਾਂ। ਸਿਆਸਤ ਦੇ 2 ਪਹਿਲੂ ਹੈ ਜੀ। ਸਿਆਸਤ ਦਾ ਰੋਲ ਜ਼ਰੂਰੀ ਨਹੀਂ ਕਿ ਚੁਣਾਵ ਲੜ ਕੇ ਸਿਆਸਤ ਹੈ, ਚੋਣਾਂ ਲੜ ਕੇ ਸਿਆਸਤ ਨਹੀਂ ਹੈ। ਸਿਆਸਤ ਦਾ ਮੈਨੂੰ ਜੋ ਲੱਗਦਾ ਹੈ ਕਿ ਜੇ ਯੰਗਸਟਰ ਸਿਆਸਤੀ ਡਿਸਕਸ਼ਨ ਸ਼ੁਰੂ ਕਰਦੇ, ਜੋ ਭਗਤ ਸਿੰਘ ਦੇ ਵੇਲੇ ਹੁੰਦੀਆਂ ਸੀ ਪੰਜਾਬ 'ਚ, ਜੇ ਪੰਜਾਬ ਦੇ ਯੰਗਸਟਰ ਕਾਲਜਾਂ ਦੇ ਵਿੱਚ ਸਿਆਸੀ ਡਿਸਕਸ਼ਨਸ ਵੀ ਸ਼ੁਰੂ ਕਰ ਦੇਣ ਤਾਂ ਉਹ ਵੀ ਸਿਆਸਤ ਹੈ, ਉਹ ਵੀ ਸਿਆਸਤ ਕਰਨਗੇ। ਜੇ ਕਾਲਜਾਂ ਦੇ ਵਿੱਚ ਬਹਿ ਕੇ ਪੋਲੀਟੀਕਲ ਡਿਸਕੋਰਸ ਦੀਆਂ ਡਿਸਕਸ਼ਨਸ ਹੋਣ, ਉਹ ਜ਼ਰੂਰੀ ਹੈ ਸਭ ਤੋਂ ਪਹਿਲਾਂ। ਜਦ ਉਹ ਆ ਜਾਏਗਾ ਨਾ, ਤਾਂ ਫਿਰ ਦਿਲ ਕਰੇਗਾ ਵੀ ਯਾਰ ਇੰਨਾ ਮਾੜਾ ਹਾਲ ਹੈ ਅਤੇ ਕਿਉਂ ਨਾ ਮੈਂ ਹੱਲ ਕਰਾਂ। ਹਲੇ ਤਾਂ ਦੇਖ ਹੀ ਨਹੀਂ ਰਿਹਾ ਨਾ ਯੰਗਸਟਰ, ਹਲੇ ਤਾਂ ਉਹਦੇ ਅੱਖਾਂ ਦੇ ਅੱਗੇ ਇਹ ਹੈਗਾ ਕਿ ਕੋਈ ਪ੍ਰੋਬਲਮ ਹੈ ਹੀ ਨਹੀਂ, ਲਾਡ ਲਡਾਇਆ ਗਿਆ ਅਤੇ ਬਹੁਤ ਸੇਫ ਐਟਮੋਸਫੇਅਰ 'ਚ ਰੱਖਿਆ ਗਿਆ ਅਤੇ ਰਾਜਨੀਤੀ ਗਰਾਊਂਡ ਲੈਵਲ ਦਾ ਕੰਮ ਮੰਗਦੀ ਹੈ। ਉਹ ਉਦੋਂ ਹੀ ਹੋਏਗਾ ਜਦ ਸਮਝ ਆਏਗੀ ਕਿ ਸਮਾਜ 'ਚ ਸਮੱਸਿਆ ਅਤੇ ਮੈਂ ਉਹਦਾ ਹੱਲ ਕਰਨਾ। ਪਰ ਸ਼ਹਿਰਾਂ ਵਾਲੇ ਮਾਂ ਪਿਓ ਹੁਣ ਰਿਸਕ ਲੈਣ ਨੂੰ ਤਿਆਰ ਨੇ ਆਪਣੇ ਬੱਚਿਆਂ ਨੂੰ, ਬੱਚੀਆਂ ਨੂੰ ਲੈ ਕੇ? ਤੁਹਾਨੂੰ ਲੱਗਦਾ ਕਿ ਉਹ ਚਾਹੇ ਸਿਆਸਤ ਹੋਵੇ ਜਾਂ ਪੰਜਾਬ 'ਚ ਰਹਿ ਕੇ ਕੁਛ ਕਰਨ ਦੀ, ਇਹ ਰਿਸਕ ਲੈਣ ਨੂੰ ਤਿਆਰ ਹੈਗੇ ਹੋ? ਸਰ ਹੋਣਗੇ ਕਈ, ਲਾਈਕ ਕਈ ਪੇਰੈਂਟਸ ਹੋਤੇ ਵੋ ਖੁਦ ਬੋਲਤੇ ਹੈ ਬੱਚੋ ਕਿਉਂਕਿ ਆਪ ਬਾਹਰ ਜਾਓ ਕਿ ਯਹਾਂ ਪੇ ਕੁਛ ਨਹੀਂ ਰੱਖਾ, ਤੋ ਮੇ ਬੀ ਉਨਕਾ ਮਾਇੰਡ ਸੈਟ ਹੀ ਐਸਾ ਯਾ ਫਿਰ ਉਨਕਾ ਫੈਮਿਲੀ ਬੈਕਗ੍ਰਾਊਂਡ ਐਸਾ ਕਿ ਉਨਕੋ ਲੱਗਤਾ ਕਿ ਪੰਜਾਬ ਮੇ ਕੁਛ ਹੋ ਹੀ ਨਹੀਂ ਸਕਤਾ। ਅੱਛਾ, ਪੰਜਾਬ 'ਚ ਜੋ 2-3 ਚੀਜ਼ਾਂ ਤੁਹਾਨੂੰ ਚੰਗੀਆਂ, ਜਿਹੜੀਆਂ ਵਿਦ ਬਲਿੰਕ ਆਫ ਐਨ ਆਏ ਤੁਸੀਂ ਕਹਿੰਦੇ ਹੋ ਮੈਂ ਠੀਕ ਕਰ ਦੇਣੀ, ਉਹ ਕਿਹੜੀਆਂ ਲੱਗਦੀਆਂ ਤੁਹਾਨੂੰ?
सर सबसे पहली बात जो हम देखते हैं दैट इज़ फैमिली फ्रेंड्स एंड जो हम इन्वायरमेंट क्रिएट करते हैं अपने आसपास, तो दैट इज़ द मोस्ट पॉसिबल थिंग कि जो हमें पंजाब में मिल रहा है। बाहर ऐसा नहीं है, कोई हमें बुलाता नहीं है, कोई हमें देखता नहीं है, उनको अपने काम से मतलब होता है, सब अपनी लाइफ में बिजी होते हैं, तो यहाँ पे जो प्यार हमें मिलता है वो बाहर नहीं है। ਤੁਹਾਡਾ ਕੀ ਨਾਮ ਹੈ ਭਾਜੀ? ਉਜਵਲ। ਉਜਵਲ, ਪੰਜਾਬ ਨੂੰ ਕਿਵੇਂ ਦੇਖਦੇ ਹੋ ਹੁਣ? ਸਿਰਫ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਾਂ, ਅੱਜ ਤੁਸੀਂ ਚੇਂਜ ਦੀ ਗੱਲ ਕਰ ਰਹੇ ਹੋ, ਯੂਥ ਦੀ ਗੱਲ ਕਰ ਰਹੇ ਹੋ, ਕਿਵੇਂ ਦੇਖਦੇ ਹੋ? ਮੈਂ ਤਾਂ ਜੀ ਇੱਕ ਗੱਲ ਮੰਨਦਾ, ਅਗਰ ਤੁਸੀਂ ਵੱਡੀ ਕੋਈ ਚੀਜ਼ ਸਿਰੇ ਲਾਣੀ ਆ ਤਾਂ ਉਹਦੇ ਲਈ ਪਹਿਲਾਂ ਇਨੀਸ਼ੀਏਟਿਵ ਲੈਣਾ ਪੈਂਦਾ, ਅਤੇ ਅਸੀਂ ਇਹੀ ਸੋਚ ਕੇ ਕੌਂਕਲੇਵ ਸ਼ੁਰੂ ਕੀਤੀ ਹੈ ਕਿ ਸਾਰੇ ਲੋਕ ਦਿੱਲੀ ਜਾਂਦੇ ਨੇ, ਮੁੰਬਈ ਜਾਂਦੇ ਨੇ ਆਪਣਾ ਕਰੀਅਰ ਬਣਾਉਣ, ਕੈਨੇਡਾ ਜਾਂਦੇ ਨੇ, ਕਿਉਂ ਨਾ ਆਪਾਂ ਦਿੱਲੀ ਮੁੰਬਈ ਨੂੰ ਇੱਥੇ ਲੈ ਆਈਏ, ਇੱਥੇ ਆਪਣਾ ਕਰੀਅਰ ਬਣਾਈਏ, ਅਤੇ ਅਸੀਂ ਉਹੀ ਇਨੀਸ਼ੀਏਟਿਵ ਦਿੱਤਾ ਅਤੇ ਉਹ ਜ਼ਰੂਰ ਕਾਮਯਾਬ ਹੋਊਗਾ ਅਤੇ ਸਾਰੇ ਆਪਣਾ ਕਰੀਅਰ ਇੱਥੇ ਬਣਾਉਣਗੇ। ਆਪਾਂ ਪੰਜਾਬ ਨੂੰ ਫਿਰ ਕਹਾਂਗੇ ਦਿੱਲੀ ਤੋਂ ਬੰਦੇ ਆ ਰਹੇ ਨੇ ਪੰਜਾਬ 'ਚ ਸਟੱਡੀਜ਼ ਕਰਨ। ਉਹ ਦਿਨ ਲਿਆਉਣਾ ਆਪਾਂ ਜਦੋਂ ਕੈਨੇਡਾ ਵਾਲੇ ਇੱਧਰ ਨੂੰ ਵਾਪਸ ਆਉਣ ਵੀ ਅਸੀਂ ਪੰਜਾਬ ਜਾਣਾ। ਜ਼ਰੂਰ ਜ਼ਰੂਰ ਜੀ, ਬਿਲਕੁਲ। ਤੁਹਾਡਾ ਕੀ ਨਾਂ ਹੈ ਜੀ? ਰੀਤ ਸਿੰਘ। ਰੀਤ ਸਿੰਘ, ਕੀ ਸੋਚਦੇ ਹੋ ਤੁਸੀਂ ਪੰਜਾਬ ਬਾਰੇ, ਪੰਜਾਬੀਅਤ ਬਾਰੇ? ਕਿੱਥੋਂ ਦੇ ਹੋ ਪਹਿਲਾਂ ਇਹ ਦੱਸ ਦਿਓ? ਲੁਧਿਆਣੇ ਤੋਂ। ਕੀ ਸੋਚਦੇ ਹੋ ਜੀ? ਜੀ ਇਹੀ ਕਿ ਪੰਜਾਬ ਨੂੰ ਅੱਜ ਕੱਲ੍ਹ ਜੋ ਦੇਖਿਆ ਜਾ ਰਿਹਾ ਐਂਡ ਸਾਡੇ ਘਰ ਘਰ ਵੀ ਇਹ ਗੱਲਾਂ ਹੁੰਦੀਆਂ ਨੇ ਕਿ ਪੰਜਾਬ 'ਚ ਕੁਛ ਨਹੀਂ ਰਹਿ ਗਿਆ। ਇਨਫੈਕਟ ਮੈਂ ਖੁਦ ਦਿੱਲੀ ਯੂਨੀਵਰਸਿਟੀ ਦੀ ਸਟੂਡੈਂਟ ਹਾਂ ਹੁਣ, ਮੇਰਾ ਮੋਟਿਵ ਕੁਝ ਹੋਰ ਸੀ ਤਾਂ ਮੈਂ ਦਿੱਲੀ ਯੂਨੀਵਰਸਿਟੀ ਗਈ ਪੜ੍ਹਨ, ਬਟ ਜਿੱਦਾਂ ਦੇਖਿਆ ਜਾਂਦਾ ਕਿ ਪੰਜਾਬ 'ਚ ਅੱਜ ਕੱਲ੍ਹ ਕੁਛ ਨਹੀਂ ਰਹਿ ਰਿਹਾ, ਸਗੋਂ ਇਹ ਚੀਜ਼ ਅੱਜ ਜਿੰਨੇ ਸਾਡੇ ਨਾਲ ਯੰਗਸਟਰਸ ਜੁੜੇ ਨੇ ਇਹ ਦੱਸ ਰਿਹਾ ਆ ਕਿ ਪੰਜਾਬ ਸਿਰਫ ਨਸ਼ਿਆਂ 'ਚ ਨਹੀਂ ਰੁਲ ਰਿਹਾ, ਪੰਜਾਬ ਅੱਗੇ ਵੱਧ ਰਿਹਾ, ਪੰਜਾਬ ਦੇ ਨੌਜਵਾਨ ਇਹਨਾਂ ਸਿਆਸੀ ਮੁੱਦੇ ਨੇ ਜਿਹੜੇ ਇਸ਼ੂਜ਼ ਨੇ ਜਿਹੜੇ ਡਿਸਕਸ ਹੋਣੇ ਚਾਹੀਦੇ ਆ ਉਹਨਾਂ 'ਚ ਇੰਟਰਸਟ ਲੈ ਰਹੇ ਨੇ। ਬਹੁਤ ਸੋਹਣੀ ਗੱਲ ਇਹਨਾਂ ਨੇ ਕੀਤੀ ਹੈ, ਸਾਨੂੰ ਆਸ਼ਾਵਾਦੀ ਹੋਣਾ ਪਊਗਾ ਆਖਰ ਦੇ ਵਿੱਚ। ਲਾਸਟ ਕੀ ਕਹਿਣਾ ਚਾਹੁੰਦੇ ਹੋ? ਇਹੀ ਗੱਲ ਕਹਿਣਾ ਚਾਹੁੰਦਾ, ਮੈਨੂੰ ਕਿਸੇ ਨੇ ਨਾ ਬਹੁਤ ਪਿਆਰੀ ਗੱਲ ਕਹੀ ਸੀ, ਮੈਂ ਬੈਠਾ ਸੀਗਾ ਕਿਸੇ ਸਿੰਘ ਸਾਹਿਬ ਦੇ ਨਾਲ ਅਤੇ ਉਹਨਾਂ ਨੂੰ ਮੈਂ ਕਿਹਾ ਜੀ ਸਮੱਸਿਆ ਬੜੀ ਵੱਡੀ ਹੈ ਪੰਜਾਬ ਦੀ, ਅਤੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਫਿਰ ਮੇਰਾ ਗੁਰੂ ਕਿਹੜਾ ਛੋਟਾ, ਅਤੇ ਗੁਰੂ ਤਾਂ ਸਭ ਤੋਂ ਵੱਡਾ, ਅਤੇ ਜੇ ਸਮੱਸਿਆ ਵੱਡੀ ਹੈ ਤਾਂ ਗੁਰੂ ਸਾਹਮਣੇ ਕੀ ਹੈ, ਅਤੇ ਭਰੋਸਾ ਰੱਖਣ ਦੀ ਸਾਨੂੰ ਲੋੜ ਹੈ, ਸਿਰਫ ਇੱਕੋ ਚੀਜ਼ ਦਾ ਭਰੋਸਾ ਰੱਖਣ ਦੀ ਲੋੜ ਹੈ ਕਿ ਤਾਕਤ ਹੈ, ਉਹਨੂੰ ਦੇਖਣਾ, ਅਤੇ ਜਦ ਦਿਖੇਗੀ ਉਹ ਡੈਮੋਸਟਰੇਟ। ਯੰਗਸਟਰ ਦੀ ਇੱਕ ਬੜੀ ਵਧੀਆ ਗੱਲ ਹੈ, ਯੰਗਸਟਰ ਟ੍ਰੈਂਡ ਨੂੰ ਫੋਲੋ ਕਰਦੇ ਆ, ਟ੍ਰੈਂਡ ਨਸ਼ਿਆਂ ਦਾ ਬਣਾ ਦਿਉ ਫੋਲੋ ਕਰ ਲੈਣਗੇ, ਟ੍ਰੈਂਡ ਗੇੜੀਆਂ ਦਾ ਬਣਾ ਲਓ ਫੋਲੋ ਕਰ ਲੈਣਗੇ, ਅਤੇ ਭਾਵੇਂ ਟ੍ਰੈਂਡ ਸਿਆਸਤੀ ਡਿਸਕਸ਼ਨਸ ਦਾ ਬਣਾ ਲਓ ਉਹ ਵੀ ਫੋਲੋ ਕਰ ਲੈਣਗੇ। ਅਸੀਂ ਉਹ ਟ੍ਰੈਂਡ ਬਣਾਉਣ ਜਾ ਰਹੇ ਹਾਂ ਜਿੱਥੇ 2000 ਬੱਚਾ ਇੱਥੇ ਕੌਨਕਲੇਵ 'ਤੇ ਆਇਆ ਹੋਇਆ, ਬਿਨਾਂ ਬੋਲੇ ਬਿਨਾਂ ਹਿੱਲੇ ਸੀਰੀਅਸ ਸੈਸ਼ਨਸ ਨੂੰ ਸੁਣ ਰਿਹਾ। ਅਸੀਂ ਕਹਿੰਦੇ ਹਾਂ ਪੰਜਾਬ ਦੇ ਮੁੰਡੇ ਆਪਣੇ ਪਿਓ ਦੀ ਨਹੀਂ ਸੁਣਦੇ, ਇੱਥੇ ਬੈਠ ਕੇ ਫੈਮਿਨਿਜ਼ਮ ਦੀ ਡਿਸਕਸ਼ਨ ਕਰ ਰਹੇ ਹਾਂ, ਰਿਲੀਜੀਅਸ ਯੂਨਿਟੀ ਦੀ ਡਿਸਕਸ਼ਨ। ਟ੍ਰੈਂਡ ਬਣਾਉਣ ਦੀ ਲੋੜ ਹੈ, ਜੇ ਬਣਾ ਦੋਗੇ ਤਾਂ ਦੇ ਨਾਲ ਨਾਲ ਫਰੈਂਡ ਗੌਰਵ ਵਰਗਾ ਬਣਾ ਲਓ, ਇਸ ਤਰ੍ਹਾਂ ਲੋਕ ਜੁੜ ਜਾਣਗੇ ਤੁਹਾਡੇ ਨਾਲ। ਬਹੁਤ ਵਧਾਈਆਂ ਤੁਹਾਨੂੰ, ਔਰ ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਵਧਣ ਦੀ ਲੋੜ ਹੈ। ਬਹੁਤ ਸੋਹਣੀ ਇਹਨਾਂ ਨੇ ਗੱਲ ਕਹੀ ਹੈ, ਇੱਥੇ ਰਹਿ ਕੇ ਬਦਲਾਅ ਲਿਆਵਾਂਗੇ, ਪੰਜਾਬ ਨੂੰ ਠੀਕ ਕਰਾਂਗੇ, ਜਿਹੜੇ ਹਾਲਾਤ ਖਰਾਬ ਹੋਏ ਨੇ ਜੋ ਖਰਾਬ ਹੈ ਉਹਨੂੰ ਬਦਲਾਂਗੇ, ਜੋ ਸਹੀ ਹੈ ਉਹਨੂੰ ਹੋਰ ਅੱਗੇ ਲਿਜਾਵਾਂਗੇ। ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।